ਚਰਨ ਕਮਲਾ ਵਿਖੇ ਅਰਦਾਸ ਬੇਨਤੀ ਹੈ ਜੀ। ਜਿਹਾ ਤਿਨੀ ਲਿਖਿਆ ਤੇ ਕਰਮ ਕਮਾਹੇ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਇ ਦੇ ਵਾਕਾਂ ਅਨੁਸਾਰ। ਆਪ ਜੀ ਕੇ ਚਰਨ ਸੇਵਕ ਸਤਿਗੁਰੂ ਜੀ ਮਹਿੰਦਰ ਸਿੰਘ ਰਾਜ ਸਤਿਗੁਰੂ ਜੀ, ਆਪ ਜੀ ਨੇ ਜਿਤਨੇ ਸਵਾਸ ਬਖਸ਼ ਕੀਤੇ ਸਨ ਤਿਨਾਂ ਨੂੰ ਸਮਾਪਤ ਕਰਦਿਆਂ ਸੰਸਾਰ ਤੋਂ ਕਾਲ ਚਲਾਣਾ ਕਰ ਗਏ ਸਤਿਗੁਰੂ ਜੀ। ਉਹਨਾਂ ਦੇ ਪਰਿਵਾਰ ਵੱਲੋਂ ਸਤਿਗੁਰੂ ਜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਸਤਿਗੁਰੂ ਜੀ ਆਪ ਜੀ ਕੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸਤਿਗੁਰੂ ਜੀ ਉਹ ਕਥਾ ਕੀਰਤਨ ਹੋਇਆ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ, ਦਇਆ ਕਰਨੀ, ਮਿਹਰ ਕਰਨੀ। ਸਤਿਗੁਰੂ ਜੀ ਇਸ ਬਾਣੀ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ, ਆਪਣੇ ਚਰਨਾਂ ਕਮਲਾ ਵਿਖੇ ਨਿਵਾਸ ਬਖਸ਼ਿਸ਼ ਕਰਨਾ ਜੀ। ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ
ਸੋ ਰਟਾ ਮਹਲਾ ਨਵਾ ਮਨ ਰੇ ਕੌਣ ਕੁਮਤ ਤਾਲਿਨੀ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰ ਮਨਿੰਦਰ ਸਿੰਘ ਜੀ ਰਾਏ ਇਸ ਸ਼ਹਿਰ ਦੀ ਪ੍ਰਮੁੱਖ ਸ਼ਖਸੀਅਤ ਸ਼ਹਿਰ ਦੇ ਮੋਢੀ ਸੱਜਣ ਸਾਡੇ ਵਿਚਕਾਰ ਨਹੀਂ ਰਹੇ ਕੁਝ ਦਿਨ ਪਹਿਲਾਂ ਇੰਗਲੈਂਡ ਵਿਖੇ ਆਪਣੇ ਪਰਿਵਾਰ ਦੇ ਵਿੱਚ ਇੱਕ ਬੜੀ ਹੈਰਾਨੀਜਨਕ ਬੜੇ ਦੁੱਖਦਾਇਕ ਖਬਰ ਮਿਲੀ ਕਿ ਉਹਨਾਂ ਦਾ ਵਿਛੋੜਾ ਹੋ ਗਿਆ ਔਰ ਸ਼ਹਿਰ ਦੇ ਅੱਜ ਅਸੀਂ ਆਪਣੇ ਬਹੁਤ ਹੀ ਪਿਆਰੇ ਸਤਿਕਾਰਯੋਗ ਮਿੱਤਰ ਸੱਜਣ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਸਰਦਾਰ ਮਨਿੰਦਰ ਸਿੰਘ ਰਾਏ ਦੀ ਅਚਾਨਕ ਇਹ ਖਬਰ ਸੁਣ ਕੇ ਜੋ ਸਾਨੂੰ ਪਤਾ ਲੱਗਾ ਬੜਾ ਹੀ ਬੜਾ ਦੁੱਖ ਹੋਇਆ ਇੱਕ ਸ਼ਹਿਰ ਦਾ ਬਹੁਤ ਬੜਾ ਇੰਡਸਟਰੀਅਲਿਸਟ ਜਿਨ੍ਹਾਂ ਨੇ ਕਿ ਆਪਣੀ ਲੈਂਡ ਦੇ ਵਿੱਚ ਬਹੁਤ ਇਮਾਨਦਾਰੀ ਨਾਲ ਬੜੀ ਮਿਹਨਤ ਨਾਲ ਸਾਰੀ ਜ਼ਿੰਦਗੀ ਕੰਮ ਕੀਤਾ ਇਹ ਜਿਹੜੀ ਟਰੈਕਟਰ ਦੀ ਏਜੰਸੀ ਸਾਹ ਸੰਗਤ ਅੱਜ ਆਪਾਂ ਸਾਰੇ ਆਪਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਿੰਦਰ ਸਿੰਘ ਜੀ ਰਾਏ ਜੋ ਪਿਛਲੇ ਦਿਨੀ ਸਾਨੂੰ ਅਚਾਨਕ ਵਿਛੋੜਾ ਦੇ ਰਹੇ ਹਨ ਉਹਨਾਂ ਦੇ ਅੰਤਰ ਆਵਾਸ ਵਿੱਚ ਸ਼ਾਮਿਲ ਹੋਣ ਲਈ ਗੁਰੂ ਮਹਾਰਾਜ ਜੀ ਜੀ ਅੰਦਰ ਇਕੱਤਰ ਹੋਏ ਹੈ ਸਾਹ ਸੰਗਤ ਉਹਨਾਂ ਦਾ ਪਿਛਲਾ ਜਿਹੜਾ ਨਗਰ ਹੈ ਉਹ ਖਾਸ ਆਪਾਂ ਸਾਰੇ ਮੈਂ ਸਮਝਦਾ ਬਹੁਤ ਹੀ ਜ਼ਿਆਦਾ ਦੁੱਖ ਦੇ ਘੜੇ 'ਚ ਇਕੱਤਰ ਹੋਏ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਨਿੰਦਰ ਸਿੰਘ ਰਾਏ ਜੀ ਜਿਹੜੇ ਕਿ ਮੈਂ ਸਮਝਦਾ ਕਿ ਅਚਾਨਕ ਹੀ ਸਾਨੂੰ ਸੰਜੀਵੀ ਵਿਛੋੜਾ ਦੇ ਕੇ ਚਲੇ ਗਏ ਕਿਉਂਕਿ ਕੋਈ ਇਹੋ ਜਿਹੀ ਗੱਲ ਨਹੀਂ ਸੀ ਬਿਲਕੁਲ ਸਿਹਤ ਉਹਨਾਂ ਦੀ ਮੈਂ ਸਮਝਦਾ ਬੜੀ ਵਧੀਆ ਸਿਹਤ ਸੀ ਕਈ ਵਾਰ ਮੈਂ ਤੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਇੱਥੇ ਲੰਦੇ ਵੱਡੇ ਦਫ਼ਤਰ ਆ ਜਾਈਦਾ ਸੀਗਾ ਪੁਰਾਣੀ ਗੱਲਾਂ ਬਜ਼ੁਰਗਾਂ ਦੇ ਸਮੇਂ ਦੀਆਂ ਉਹਨਾਂ ਦਾ ਬਹੁਤ ਹੀ ਪਵਿੱਤਰ ਆਤਮਾ ਬਹੁਤ ਹੀ ਉੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਮਨਿੰਦਰ ਸਿੰਘ ਜੀ ਰਾਏ ਜਿਹੜੇ ਕਿ ਵਾਹਿਗੁਰੂ ਤੋਂ ਜਿੰਨੀ ਸਮਰੱਥਾ ਦੀ ਪੂੰਜੀ ਨੂੰ ਲੁਟਾ ਕੇ ਲੈ ਕੇ ਆਏ ਸੀ ਉਹ ਬਹੁਤ ਹੀ ਅੱਛੇ ਤਰੀਕੇ ਨਾਲ ਭੋਗ ਗਏ ਹੋਏ ਉਹ ਜਦੋਂ ਪਹਿਲਾਂ ਸਾਡੇ ਵਿੱਚੋਂ ਅੰਮ੍ਰਿਤਸਰ ਚਲੇ ਗਏ ਉਹਨਾਂ ਦੀ ਸ਼ਖਸੀਅਤ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ ਉਹਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ ਅੱਜ ਅਸੀਂ ਸਰਦਾਰ ਮਨਿੰਦਰ ਸਿੰਘ ਰਾਏ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਉੱਥੇ ਸਾਰੇ ਇਕੱਠੇ ਹੋਏ ਹਾਂ ਜਿਵੇਂ ਸਾਰੇ ਹੀ ਬੁਲਾ ਰਹੇ ਨੇ ਰਾਏ ਸਾਹਿਬ ਦੇ ਜ਼ਿੰਦਗੀ ਦੇ ਸਾਰੇ ਸਫ਼ਰ ਬਾਰੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਇਹ ਸੱਚਾਈ ਆ ਰਾਏ ਸਾਹਿਬ ਹਮੇਸ਼ਾ ਵੀ ਜਦੋਂ ਮਿਲਦੇ ਸੀ ਬੜੇ ਹੀ ਪਿਆਰ ਨਾਲ ਹਮੇਸ਼ਾ ਖੁਸ਼ ਰਹਿੰਦੇ ਸੀ ਉਹਨਾਂ ਤੋਂ
ਸਿੱਖਣ ਨੂੰ ਬਹੁਤ ਕੁਝ ਮਿਲਦਾ। ਇੱਕ ਜ਼ਿੰਮੇਵਾਰੀ ਉਹਨਾਂ ਦੀ ਜ਼ਿੰਮੇਵਾਰੀਆਂ ਬੋਲੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਸ ਵਾਸਤੇ ਸੰਸਾਰ ਦੇ ਵਿੱਚ ਆਇਆ ਹੈ? ਉਸ ਅਕਾਲ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਹੈ। ਸੱਚ ਜਾਣੇ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਿ ਭਾਈ ਬਹੁਤ ਲੰਬਾ ਸਮਾਂ ਹੋ ਗਿਆ ਤੈਨੂੰ ਇਸ ਸੰਸਾਰ ਦੇ ਵਿੱਚ ਭਟਕਦੇ ਹੋ। ਠੀਕ ਹੈ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਕਾਰਜ ਵਿਹਾਰ ਕਰਦਿਆਂ ਹੋਇਆਂ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਦਿਆਂ ਹੋਇਆਂ ਵੀ ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੇ ਤੂੰ ਚਿੱਤ ਲਾ ਕੇ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰੇਗਾ ਤਾਂ ਵੀ ਤੂੰ ਪ੍ਰਵਾਨ ਹੋ ਜਾਵੇਗਾ। ਇਹ ਨਹੀਂ ਕਿ ਸੰਸਾਰ ਦੇ ਵਿੱਚ ਪਰਿਵਾਰ ਦੀ ਪਾਲਣਾ ਪੋਸ਼ਣਾ ਨਹੀਂ ਕਰਨੀ, ਸਮਾਜ ਦੇ ਵਿੱਚ ਮਿਲਣ ਵਰਤਣਾ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਸਾਰੇ ਹੀ ਕਾਰਜ ਕਰਦਿਆਂ ਹੋਇਆਂ ਤੂੰ ਪ੍ਰਵਾਨ ਹੋ ਸਕਦਾ ਹੈ। ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੀ ਤੇਰੀ ਵਾਰੀ ਆ ਕੇ ਬੜਾ ਲੰਬਾ ਸਮਾਂ ਹੋ ਗਿਆ ਤੈਨੂੰ ਇਸ ਸੰਸਾਰ ਦੇ ਵਿੱਚ ਭਟਕਦਿਆਂ ਹੋਇਆਂ। ਇੱਕ ਜਨਮ ਨਹੀਂ, ਆਓ ਸ਼ਬਦ ਵਿਚਾਰ ਕਰੀਏ। ਸਤਿਗੁਰੂ ਜੀ ਕਹਿੰਦੇ ਨੇ ਕਈ ਜਨਮ ਪਏ ਕੀਟ ਪਤੰਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਕਰੋੜਾਂ ਜਨਮ ਤੈਨੂੰ ਕੀਟ ਕੀੜਿਆਂ ਮਕੌੜਿਆਂ ਦੇ ਵਿੱਚ ਨਿਕਲ ਗਏ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਿਰਫ ਹੋਇਓ, ਕਈ ਜਨਮ ਹੈਵਰ ਬ੍ਰਿਖ ਚੋਇਓ। ਬਹੁਤ ਸਮਾਂ ਲੰਬਾ ਹੋ ਗਿਆ ਤੈਨੂੰ ਇਸ ਜਾਤੀਆਂ ਦੇ ਵਿੱਚ ਫਿਰਦਿਆਂ ਹੋਇਆ। ਪਰ ਸਤਿਗੁਰ ਜੀ ਕਹਿੰਦੇ ਨੇ ਕਿ ਮਿਲ ਜਗਦੀਸ਼, ਮਿਲਣ ਕੀ ਬਣੀ, ਹੁਣ ਤੇਰੀ ਵਾਰੀ ਆ ਗਈ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੇ।
ਹੁਣ ਤੂੰ ਇਹ ਵੇਲਾ ਜਿਹੜਾ ਵਕਤ ਹੈ ਨਾ ਇਹ ਵਿਚਾਰ ਲੈ, ਇਹ ਸਾਂਭ ਲੈ। ਮਿਲ ਜਗਦੀਸ਼ ਮਿਲਣ ਕੀ ਬਰੀਆ ਚਰਨਕਾਰ ਇਹਦੇ ਸੰਗਰੀਆ। ਸਤਿਗੁਰੂ ਜੀ ਕਹਿੰਦੇ ਨੇ ਬੜਾ ਲੰਬਾ ਸਮਾਂ ਤੈਨੂੰ ਇਸ ਸੰਸਾਰ ਦੇ ਵਿੱਚ ਭਟਕਦਿਆਂ ਹੋਇਆ, ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰ, ਸਮਾਜ ਦੇ ਵਿੱਚ ਭਲਾਈ ਦੇ ਕੰਮ ਕਰ, ਸੇਵਾ ਕਰ। ਜਿਹੜਾ ਸੱਚੇ ਮਨ ਦੇ ਨਾਲ ਕਿਸੇ ਗਰੀਬ ਦੀ ਵੀ ਸੇਵਾ ਕਰਦਾ ਹੈ ਨਾ, ਅਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਵੀ ਪ੍ਰਵਾਨ ਹੋ ਜਾਂਦਾ ਹੈ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਉਸਨੂੰ ਵੀ ਦਰਗਾਹ ਦੀ ਜਗ੍ਹਾ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ ਉਹ ਵੀ ਮਨੁੱਖ ਜਿਹੜਾ ਭਲਾਈ ਦੇ ਕੰਮ ਕਰਦਾ ਹੈ ਨਾ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ, ਸੇਵਾ ਦੇ ਕੰਮ ਕਰਦਾ ਹੈ ਉਹ ਵੀ ਦਰਗਾਹ ਦੇ ਵਿੱਚ, ਸੱਚੀ ਦਰਗਾਹ ਦੇ ਵਿੱਚ ਉਹ ਪ੍ਰਵਾਨਿਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਆਓ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਸਭ ਝੂਠ ਹੈ, ਜਾਣ ਲਿਓ ਰੇ ਮੀਤ ਜਗ ਰਚਨਾ ਸਭ ਝੂਠ ਹੈ, ਜਾਣ ਲਿਓ Thank you.
ਕਹਿ ਨਾਨਕ ਥਿਰ ਕਛ ਨਹੀਂ ਸੁਪਨੇ ਸੁਪਨਾ ਹੈ ਸੱਚ ਜਾਣਿਓ। ਇੱਕ ਤਾਂ ਬੰਦ ਅੱਖ ਦਾ ਸੁਪਨਾ ਹੈ, ਇੱਕ ਖੁੱਲ੍ਹੀ ਅੱਖ ਦਾ ਸੁਪਨਾ ਹੈ। ਇਹ ਜਿਹੜਾ ਅਸੀਂ ਖੁੱਲ੍ਹੀਆਂ ਅੱਖਾਂ ਦੇ ਨਾਲ ਦੇਖ ਰਹੇ ਨਾ ਜਗਤ ਨੂੰ, ਸੰਸਾਰ ਨੂੰ, ਇਹ ਸੁਪਨੇ ਦੀ ਨਿਆਈ ਹੈ। ਜਿਸ ਤਰ੍ਹਾਂ ਜਦੋਂ ਮਨੁੱਖ ਸੌਂ ਜਾਂਦਾ ਹੈ ਰਾਤ ਨੂੰ ਉਸਨੂੰ ਸੁਪਨਾ ਆਇਆ, ਸੁਪਨੇ ਵਿੱਚ ਵੇਖਦਾ ਕੀ ਹੈ? ਸੁਪਨੇ ਦੇ ਵਿੱਚ ਉਹ ਗਵਰਨਰ ਬਣ ਜਾਂਦਾ ਹੈ। ਮਨੁੱਖ ਜਿਹੜਾ ਹੈ ਨਾ ਕਿਸੇ ਤਰੀਕੇ ਦੇ ਨਾਲ ਪਹੁੰਚ ਕਰਕੇ ਗਵਰਨਰ ਬਣ ਜਾਂਦਾ ਹੈ। ਗਲਾਂ ਦੇ ਵਿੱਚ ਹਾਰ ਪਾਏ ਜਾਂਦੇ ਨੇ, ਅਚਨਚੇਤ ਉਸਦੀ ਜਿਹੜੀ ਅੱਖ ਖੁੱਲ੍ਹ ਜਾਂਦੀ ਹੈ। ਅਚਨਚੇਤ ਜਦੋਂ ਅੱਖ ਖੁੱਲ੍ਹਦੀ ਹੈ ਉਹ ਫਿਰ ਕਿਸੇ ਘਰ ਵਾਲਿਆਂ ਨੂੰ ਜਾਂ ਕਿਸੇ ਹੋਰ ਮਨੁੱਖ ਨੂੰ ਇਹ ਗੱਲ ਨਹੀਂ ਆਖਦਾ ਕਿ ਲਿਆਓ ਮੇਰੇ ਗਲ ਦੇ ਵਿੱਚ ਹਾਰ ਪਾਓ ਮੈਂ ਤਾਂ ਗਵਰਨਰ ਬਣ ਗਿਆ। ਉਸਨੂੰ ਯਕੀਨ ਹੋ ਜਾਂਦਾ ਹੈ ਕਿ ਇਹ ਤਾਂ ਇੱਕ ਸੁਪਨਾ ਸੀ। ਹੁਣ ਜਗਤ ਵੀ ਇਸੇ ਤਰ੍ਹਾਂ ਹੈ, ਸੰਸਾਰ ਇਸੇ ਸੁਪਨੇ ਦੀ ਨਿਆਈ ਹੈ। ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ। ਜਾਣਾ ਅਸੀਂ ਸਾਰੇ ਨੇ, ਜਿਤਨੇ ਸਰੀਰ ਬੈਠੇ ਹੈ ਨਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਸਾਰੇ ਨੇ ਜਦੋਂ ਸਾਡੀ ਵਾਰੀ ਆ ਜਾਣੀ ਹੈ ਨਾ, ਚਲੇ ਜਾਣਾ ਹੈ, ਤੁਰ ਜਾਣਾ ਹੈ ਜਗਤ ਦੇ ਵਿੱਚੋਂ। ਪਰ ਗੱਲ ਇਹ ਹੈ ਕਿ ਜਿਹੜਾ ਗੁਰਮੁਖ ਹੈ ਔਰ ਮਨਮੁਖ ਹੈ, ਇਸਦਾ ਜਾਣਾ ਅੰਤਰ ਹੈ, ਬਹੁਤ ਹੈ। ਸਤਿਗੁਰ ਜੀ ਕਹਿੰਦੇ ਨੇ ਕਿ ਜਿਹੜਾ ਗੁਰਮੁਖ ਜਨ ਹੈ ਨਾ, ਗੁਰੂ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਕੇ ਜਿਹੜਾ ਇਸ ਸੰਸਾਰ ਤੋਂ ਜਾਂਦਾ ਹੈ। ਭਾਈ ਗੁਰਦਾਸ ਜੀ ਆਖਦੇ ਨੇ ਕਿ ਫਿਰ ਉਹਨਾਂ ਦੇ ਪ੍ਰਤੀ ਇਹ ਸ਼ਬਦ ਜਿਹੜਾ ਭਾਈ ਗੁਰਦਾਸ ਜੀ ਆਖਦੇ ਨੇ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਉਹ ਜਿਹੜਾ ਆਪਣਾ ਜਨਮ ਹੈ ਨਾ ਸਵਾਰ ਕੇ ਜਾਂਦਾ ਸੰਸਾਰ ਦੇ ਵਿੱਚੋਂ, ਸੇਵਾ ਕਰਦਿਆਂ ਹੋਇਆ, ਪਰਿਵਾਰ ਦੀ ਪਾਲਣਾ ਪੋਸ਼ਣਾ ਕਰਦਿਆਂ ਹੋਇਆ, ਗੁਰੂ ਘਰ ਦੇ ਵਿੱਚ ਜਾ ਕਰਕੇ ਸੇਵਾਵਾਂ ਕਮਾਉਣੀਆਂ, ਉਹ ਜਿਹੜਾ ਪ੍ਰਾਣੀ ਹੈ ਫਿਰ ਪ੍ਰਵਾਨ ਹੋ ਜਾਂਦਾ ਹੈ ਉਸ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਅੰਦਰ। ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ ਆਪਣੀ ਸੱਚ ਦੀ ਜਿਹੜੀ ਉਹ ਜਗ੍ਹਾ ਪ੍ਰਾਪਤ ਕਰ ਲੈਂਦਾ ਹੈ। ਤੇ ਜਿਹੜਾ ਮਨਮੁੱਖ ਹੈ ਉਹ ਇਸ ਸੰਸਾਰ ਦੇ ਵਿੱਚ ਆਪਣੇ ਮਨ ਦੀਆਂ ਮਤੀਆਂ ਦੇ ਅਨੁਸਾਰ ਚੱਲਦਿਆਂ ਹੋਇਆਂ, ਭਗਤ ਕਬੀਰ ਜੀ ਉਸ ਪ੍ਰਤੀ ਇਹ ਸ਼ਬਦ ਉਚਾਰਨ ਕਰਦੇ ਨੇ ਕਿ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਵੇਗਾ। ਕੋਈ ਚੰਗਾ ਤੇ ਕਰਮ ਕੀਤਾ ਨਹੀਂ ਸੰਸਾਰ ਦੇ ਵਿੱਚ ਕਿਹੜਾ ਮੁੱਖ ਲੈ ਕੇ ਜਾਵੇਗਾ। ਇਸ ਕਰਕੇ ਗੁਰਬਾਣੀ ਨੂੰ ਸਰਵਣ ਕਰੋ, ਗੁਰੂ ਦੇ ਆਸ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰੋ। ਤੇ ਆਓ ਸਚੜਾ ਨਾਮ ਲੈ ਹਾ, ਸਚੜਾ ਨਾਮ ਲੈ ਹਾ, ਸਮਾਨ ਹੈ।
ਸਾਹਿਬ ਸਤਿਗੁਰੂ ਜੀ ਕਹਿੰਦੇ ਨੇ ਤਰਸ ਪਿਆ ਮਿਹਰ ਰਹਿਮਤ ਹੋਈ। ਜੇ ਕਿਤੇ ਸਾਡੇ 'ਤੇ ਤਰਸ ਪ੍ਰਭੂ ਕਰ ਦੇਵੇ ਨਾ, ਸਾਡੀ ਕੋਈ ਇੰਨੀ ਹੈਸੀਅਤ ਨਹੀਂ, ਅਸੀਂ ਬਹੁਤ ਧਨਾੜ ਜਿਹੜੇ ਬਣ ਜਾਂਦੇ ਹਾਂ, ਤਾਂ ਜਾਂ ਇਹ ਸਮਝ ਲਓ ਕਿ ਦਾਸ ਨੇ ਪਹਿਲਾਂ ਵੀ ਬੇਨਤੀ ਕਰਦੀ, ਠੀਕ ਹੈ ਕਿ ਧਨਾੜ ਹੈ, ਧਨ ਬਹੁਤ ਹੈ, ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਗਰੀਬ ਹੋ ਕਰਕੇ, ਮਨ ਗਰੀਬ ਹੋਵੇ, ਮਨ ਮੈਂ ਗਰੀਬ ਸੱਚ ਟੇਕ ਮੇਰੇ ਸਤਿਗੁਰ ਪੂਰੀ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਮਨ ਕਰਕੇ ਕਰਨੀ ਹੈ, ਫਿਰ ਸਤਿਗੁਰੂ ਜੀ ਸਾਡੇ 'ਤੇ ਤਰਸ ਕਰਨਗੇ। ਤਰਸ ਪਿਆ ਮੇਰੀ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਆਓ ਸਾਰੇ ਜਣੇ ਪਵਿੱਤਰ ਸ਼ਬਦ, ਸਾਰੇ ਜਣੇ ਜਿਤਨੇ ਸਰੀਰ ਬੈਠੇ ਹਨ, ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਅਤੇ ਗੁਰਮੁਖ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ। ਇਹ ਸੱਚ ਹੈ, ਬਿਲਕੁਲ ਸੱਚ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਇਹ ਸੱਚ ਹੈ ਭਾਈ, ਇਸ ਕਰਕੇ ਆਪਾਂ ਸਾਰੇ ਨੇ ਨਾਮ ਦੀ ਅਰਾਧਨਾ ਕਰਨੀ ਹੈ, ਸੇਵਾਵਾਂ ਕਮਾਉਣੀਆਂ ਨੇ। ਆਓ ਗੁਰਮੁਖ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ, ਗੁਰਮੁਖ ਲਾਹਾ ਖੁਲਾ।
ਗੁਰਮੁਖ ਲਾ ਲੈ ਗਏ।
ਮੁਖ ਲਾ ਲੈ ਗਏ ਮਾਨਾ
ਜੀ ਬਖਸ਼ ਬਖਸ਼ ਸੁਣੋ ਵੱਡ
ਅਰਜਨ ਹਰਗੋਬਿੰਦ ਨਾਲ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਹਿਬ ਦੁਖ ਜਾਏ ਤੇ ਬਹਾਦਰ ਸਿਮਰੀਐ ਘਰ ਨਾਮ ਦਿਆਵੈ ਧਾਹੀ ਸਭ ਥਾਈ ਬੀਜੀ ਸਹਾਏ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਸਤਿਗੁਰੂ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਨੀ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨੁਤ ਕੀਤਾ ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੁਲ ਹੋ ਜੀ ਜਿਨਾ ਸਿੰਘਾਂ ਸੰਘਣੀਆਂ ਨੇ ਧਰਮੇਸ਼ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਤਨ ਕਰਵਾਏ ਸਿੱਖੀ ਕੇਸਾਂ ਸਵਾਸਾ ਸੰਘ ਨਿਭਾਈ ਧਰਮ ਨਿਹਾਰਿਆ ਤਿਨਾਂ ਮਾਈਆਂ ਬਜ਼ੁਰਗਾਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੁਲ ਹੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁਲ ਹੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਸਾਹਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੁਲ ਹੋ ਜੀ ਸਿੱਖਾਂ ਦਾ ਮਨ ਨੀਵੈ ਮਤ ਉੱਚੀ ਮਤ ਪਤ ਕੇ ਰਾਖੇ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਚਤਿਆ ਵੈ ਚਤਿਆਵ ਕਾਸਰ ਵਿਹੀਂ ਸਿਖੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਾਂ ਰਸ਼ਿਆ ਰਹਿ ਦੇਵ ਤੇਗ ਫਤਿਹ ਬਿਰਧ ਕੀ ਬਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਗੁਲ ਵਾਲੇ ਗੁਲ ਹੋ ਜੀ ਪਹਿਲੇ ਮਾਣਿਓ ਕੇ ਮਾਨ ਸਤਿਗੁਰੂ ਨਿਤਾਣਿਓ ਕੇ ਤਾਣ ਸਤਿਗੁਰੂ ਨਿਓਟਿਓ ਕੀ ਓਰ ਸਤਿਗੁਰੂ ਨੇ ਆਸਰਿਓ ਕੇ ਆਸਰੇ ਸਤਿਗੁਰੂ ਧੰਨ ਧੰਨ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਕਰਪੂਰ ਗਦੀ ਤੇ ਵਿਰਾਜਮਾਨ ਸ਼ਬਦ ਗੁਰੂ ਕਲਯੁਗ ਕੇ ਜਹਾਜ਼ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਚਰਨ ਕਮਲਾ ਵਿਖੇ ਅਰਦਾਸ ਬੇਨਤੀ ਹੈ ਜੀ ਜਿਹਾ ਤਿਰੀ ਲਿਖਿਆ ਤਿਹ ਕਰਮ ਕਮਾਹੇ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਦੇ ਵਾਕਾਂ ਅਨੁਸਾਰ ਆਪ ਜੀ ਕੇ ਚਰਨ ਸੇਵਕ ਸਤਿਗੁਰੂ ਜੀਓ ਮਹਿੰਦਰ ਸਿੰਘ ਰਾਜ ਸਤਿਗੁਰੂ ਜੀ ਆਪ ਜੀ ਨੇ ਜਿਤਨੇ ਸਵਾਸ ਬਖਸ਼ ਕੀਤੇ ਸਨ ਤਿਨਾਂ ਨੂੰ ਸਮਾਪਤ ਕਰਦਿਆਂ ਸੰਸਾਰ ਤੋਂ ਕਾਲ ਚਲਾਣਾ ਕਰ ਗਏ ਸਤਿਗੁਰੂ ਜੀ ਉਹਨਾਂ ਦੇ ਪਰਿਵਾਰ ਵੱਲੋਂ ਸਤਿਗੁਰੂ ਜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਸਤਿਗੁਰੂ ਜੀ ਆਪ ਜੀ ਕੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸਤਿਗੁਰੂ ਜੀ ਉਹ ਕਥਾ ਕੀਰਤਨ ਹੋਇਆ ਹੈ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਦਇਆ ਕਰਨੀ ਮਿਹਰ ਕਰਨੀ ਸਤਿਗੁਰੂ ਜੀ ਇਸ ਬਾਣੀ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ ਆਪਣੇ ਚਰਨਾਂ ਕਮਲਾਂ ਵਿਖੇ ਨਿਵਾਸ ਬਖਸ਼ਿਸ਼ ਕਰਨਾ ਜੀ ਆਵਾਗੁਣ ਦੇ ਚੱਕਰ ਤੋਂ ਬਚਾਉਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਬਲ ਅਤੇ ਬੁੱਧੀ ਬਖਸ਼ਿਸ਼ ਕਰਨੀ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਤਿਗੁਰੂ ਜੀ ਸੇਵਾਦਾਰਾਂ ਪਾਸੋਂ ਬਾਣੀ ਪੜ੍ਹਦੇ ਹਾਂ ਕੀਰਤਨ ਕਰਦੇ ਹਾਂ ਸੇਵਾ ਕਰਦੇ ਹਾਂ ਚੱਲਦੇ ਹਾਂ ਫਿਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਜਿਵੇਂ ਅਣਜਾਣ ਬੱਚੇ ਸਮਝ ਕੇ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਅਤੇ ਸੁਣਨ ਦੀ ਬਲ ਅਤੇ ਬੁੱਧੀ ਬਖਸ਼ਿਸ਼ ਕਰਨੀ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਰੁਮਾਲੇ ਭੇਟਾ ਕੀਤੇ ਗਏ ਹਨ ਆਪ ਜੀ ਅੰਗੀਕਾਰ ਕਰੋ ਸੇਵਕਾਂ ਦੇ ਪਰਦੇ ਕੱਜਣੇ ਲੋਕ ਪ੍ਰਲੋਕ ਸੁਹੇਲੇ ਹੋਣਾ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸੇਵਕ ਪਰਿਵਾਰ ਦੇ ਸੀਸ 'ਤੇ ਮਿਹਨਤ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਉਹ ਬੱਚਿਆਂ ਨੂੰ ਵਿਦਿਆ ਦਾ ਦਾਨ ਬਖਸ਼ਿਸ਼ ਕਰਨਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚਰਨੀ ਲਾਉਣਾ ਨਾਮ ਜਪਾਉਣਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲਕੁਲ ਭੇਟਾ ਸੀਸ ਨਵਾਇਆ ਦੱਤੇ ਪ੍ਰਵਾਨ ਕਰਨਾ ਘਰੋਂ ਨਾਮ ਦਾਨ ਇਸ਼ਨਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਸੇਵਕ ਪਰਿਵਾਰ ਵੱਲੋਂ ਆਪ ਜੀ ਕੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਕੀਤੇ ਗਏ ਹਨ ਸਤਿਗੁਰੂ ਜੀ ਅਨੇਕ ਪ੍ਰਕਾਰ ਭੋਜਨ ਬਹੁ ਪੀਏ ਬਹੁ ਵਿੰਜਨ ਮਿਸ਼ਟਾਏ ਕਰੀ ਪਾਕ ਸਾਲ ਸੋਧ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਜੋ ਛਕੇ ਆਪ ਜੀ ਦਾ ਪੁੱਤਰ ਨਾਮ ਜਪੇ ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਵਿਛੜੀ ਆਤਮਾ ਨਿਮਿਤ ਵਸਤਰ ਹਾਜ਼ਰ ਕੀਤੇ ਗਏ ਹਨ ਉਹ ਗ੍ਰੰਥ ਬਸ ਚੀਜ਼ਾਂ ਹਾਜ਼ਰ ਕੀਤੀਆਂ ਗਈਆਂ ਹਨ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਦਇਆ ਕਰਨੀ ਦਰ 'ਤੇ ਪ੍ਰਵਾਨ ਕਰਨੀਆਂ ਮੇਰਾ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਕਰੋ ਕਿਰਪਾ ਦਇਆ ਕਰੋ ਮਿਹਰ ਕਰੋ ਆਪ ਜੀ ਆਪਣੇ ਆਪ ਮੁਖਾਰ ਦਿਨ 'ਚੋਂ ਪਵਿੱਤਰ ਹੁਕਮ ਵਰਤ ਕੇ ਸੰਤਾਂ ਨੂੰ ਨਿਹਾਲ 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 ਕਰੋ ਜੀ ਸਹੀ ਪਿਆਰੇ ਮੇਲੋ ਜਿਹਨੇ ਮਿਲਿਆ ਆਪ ਜੀ ਕਾ ਨਾਮ 'ਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਕਹੀ ਅਕਾਲ ਕੀ ਚਲਾਇਓ ਕੰਮ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਆ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਆ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਉਸ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਕਹਾ ਨਾ ਕੋਏ ਖੁਆਰ ਹੋਏ ਸਭ ਮਿਲਾਂਗੇ ਵਚੇ ਸ਼ਰਨ ਜੋ ਉੱਠ ਗਈ ਸਭਾ ਮਲੇਸ ਕੀ ਕਰ ਕੂੜਾ ਪਾਸਾਰ ਡੰਕਾ ਬਾਜੇ ਫਤਿਹ ਕਾ ਨਿਹਕ ਲੰਕ ਅਵਤਾਰ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ ਜਗਮਗ ਜੋਤ ਵਿਰਾਜ ਰਹੀ ਸ਼੍ਰੀ ਅਚਲ ਨਗਰ ਮਜ਼ਾਰ ਖੰਡਾ ਜਾ ਕੇ ਹਾਥ ਮੈਂ ਕਲਗੀ ਸੋਹੈ ਸੀਸ ਸੋਹਮ ਦੀ ਰਸ਼ਿਆ ਕਰ ਸ੍ਰੀ ਕਲਗੀ ਧਰ ਜਗਦੀਸ਼ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰ ਸਗਲ ਦੁਆਰ ਕੋ ਛਾੜ ਕੇ ਗਹੋ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਦੇਖਤੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਏ ਗੋ ਲੰਬੇ ਗੰਡ ਪਸਾਰ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਮਾਹਿਨ ਨਿਰਮਲ ਕਰਨੀ ਸਾਧ ਸੰਗਤ ਕੈਂਚਲ ਲਾਵੋ ਬਿਖਮ ਨਦੀ ਜਾਇ ਤਰਣੀ ਤੇਗ ਬਹਾਦਰ ਸਿਮਰੀ ਆ ਘਰ ਨਾਉਣ ਦਿਆਵੈ ਤਾਏ ਸਭ ਥਾਈ ਹੋਏ ਸਹਾਇ ਸਤਨਾਮ ਵਾਹਿਗੁਰੂ ਜੀ ਸੋਰਠ ਮਹਲਾ ਨਵਾ ਮਨ ਰੇ ਕੌਣ ਕੁਮਤ ਕਾਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਭਗਤ ਨਾ ਕਿਨੀ ਮਨ ਰੇ ਕਾ
ਹੁਕਮਤ ਤਲਨੀ ਪਰਦਾਰਾ ਨੰਦਿਆ ਰਸ ਰਚਿਓ ਰਾਮ ਭਗਤ ਨਾ ਕਿਨੀ ਰਾਓ ਮੁਕਤ ਪੰਥ ਜਾਣਿਓ ਤੈ ਨਾਹਿਨਾ ਧਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦਿਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਾ ਉਪਜਿਓ ਕਛ ਗਿਆਨਾ ਘੱਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰ ਮਨਿੰਦਰ ਸਿੰਘ ਜੀ ਰਾਏ ਇਸ ਸ਼ਹਿਰ ਦੀ ਪ੍ਰਮੁੱਖ ਸ਼ਖਸੀਅਤ ਸ਼ਹਿਰ ਦੇ ਮੋਢੀ ਸੱਜਣ ਸਾਡੇ ਵਿਚਕਾਰ ਨਹੀਂ ਰਹੇ ਕੁਝ ਦਿਨ ਪਹਿਲਾਂ ਇੰਗਲੈਂਡ ਵਿਖੇ ਆਪਣੇ ਪਰਿਵਾਰ ਦੇ ਵਿੱਚ ਇੱਕ ਬੜੀ ਹੈਰਾਨੀਜਨਕ ਬੜੇ ਦੁੱਖਦਾਇਕ ਖਬਰ ਮਿਲੀ ਕਿ ਉਹਨਾਂ ਦਾ ਵਿਛੋੜਾ ਹੋ ਗਿਆ ਔਰ ਸ਼ਹਿਰ ਦੇ ਜਿਸ ਵੀ ਹਿੱਸੇ ਦੇ ਵਿੱਚ ਖਬਰ ਗਈ ਉੱਥੇ ਬੜਾ ਇਸ ਗੱਲ ਉੱਤੇ ਦੁੱਖ ਮਹਿਸੂਸ ਕੀਤਾ ਗਿਆ ਰਾਏ ਸਾਹਿਬ ਦੇ ਜਾਣ ਦੇ ਨਾਲ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸ਼ਹਿਰ ਵਾਸੀਆਂ ਨੂੰ ਔਰ ਬਹੁਤ ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਨੂੰ ਦੁੱਖ ਲੱਗਾ ਹੈ ਔਰ ਉਹਨਾਂ ਦੀ ਕਮੀ ਰੜਕ ਰਹੀ ਹੈ ਤੋ ਆਪਾਂ ਸਾਰੇ ਉਹਨਾਂ ਦੇ ਸਤਿਕਾਰ ਵਜੋਂ ਇੱਥੇ ਅੱਜ ਇਕੱਤਰ ਹਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਵਿੱਤਰ ਪਾਠ ਉਪਰੰਤ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਗੁਰੂ ਨਾਨਕ ਸੰਗੀਤ ਕਾਲਜ ਜਿੰਦਵਾਲ ਬੰਗਾ ਜੀ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਿਆ
ਔਰ ਇਸ ਮੌਕੇ ਦੇ ਉੱਤੇ ਬਹੁਤ ਸਾਰੀਆਂ ਸੰਸਥਾਵਾਂ ਦੇ ਸ਼ੋਕ ਮਤੇ ਵੀ ਆਏ ਹਨ। ਬੀ ਡੀ ਸੀ ਬਲੱਡ ਬੈਂਕ ਨਵਾਂਸ਼ਹਿਰ ਜਿਹਦੇ ਉਹ ਲਾਈਫ ਮੈਂਬਰ ਸਨ, ਉਹਨਾਂ ਦੇ ਵੱਲੋਂ ਸ਼ੋਕ ਮਤਾ ਪ੍ਰਾਪਤ ਹੋਇਆ ਹੈ। ਸ਼ਹਿਰ ਦੀ ਸਮਾਜ ਸੇਵੀ ਸੰਸਥਾ ਉਪਕਾਰ ਸੁਸਾਇਟੀ ਦਾ ਸ਼ੋਕ ਮਤਾ ਪ੍ਰਾਪਤ ਹੋਇਆ ਹੈ। ਇਸ ਮੌਕੇ ਉਹਨਾਂ ਦੇ ਹੋਣਹਾਰ ਸਪੁੱਤਰ ਸ਼੍ਰੀ ਕਮਲਜੀਤ ਸਿੰਘ ਰਾਏ, ਜਿਨ੍ਹਾਂ ਨੂੰ ਅਸੀਂ ਬਿੱਟੂ ਭਾਅ ਜੀ ਕਹਿੰਦੇ ਹਾਂ, ਉਹਨਾਂ ਨੇ ਕੁਝ ਡਿਊਟੀ ਲਾਈ ਹੈ ਅਤੇ ਹੁਕਮ ਹੋਇਆ ਹੈ ਕਿ ਕੁਝ ਸ਼ਖਸੀਅਤਾਂ ਨੂੰ ਦੋ ਦੋ ਮਿੰਟ ਰਾਏ ਸਾਹਿਬ ਦੇ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਨ ਲਈ ਦਿੱਤੇ ਜਾਣ। ਇੱਥੇ ਬਹੁਤ ਸਤਿਕਾਰਯੋਗ ਸ਼ਖਸੀਅਤਾਂ, ਬੜੇ ਸਮਾਜ ਸੇਵੀ ਪ੍ਰਤੀਨਿਧ ਸੰਗਤ ਦੇ ਵਿੱਚ ਬਿਰਾਜਮਾਨ ਹਨ। ਦਿਲ ਕਰਦਾ ਹੈ ਕਿ ਸਭ ਨੂੰ ਟਾਈਮ ਦਿੱਤਾ ਜਾਵੇ, ਲੇਕਿਨ ਕੁਝ ਚੋਣਵੇਂ ਸੱਜਣਾਂ ਨੂੰ ਦੋ ਦੋ ਮਿੰਟ ਵਾਸਤੇ ਪਰਿਵਾਰ ਵੱਲੋਂ ਕਿਹਾ ਗਿਆ ਹੈ, ਬੇਨਤੀ ਕੀਤੀ ਗਈ ਹੈ। ਤੋ ਸਭ ਤੋਂ ਪਹਿਲਾਂ ਮੈਂ ਇਸ ਇਲਾਕੇ ਦੇ ਉਹਨਾਂ ਦੇ ਸਾਥੀ ਪੁਰਾਣੇ ਆਗੂ ਰਾਣਾ ਕੁਲਦੀਪ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਰਾਏ ਸਾਹਿਬ ਦੇ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰਨ। ਉਪਰੰਤ ਸ਼੍ਰੀ ਗੁਰੂ ਸਾਹਿਬ ਦੇ ਗੋਚ ਜੁੜ ਬੈਠੀ ਸਾਧ ਸੰਗਤ ਜੀ, ਅੱਜ ਅਸੀਂ ਆਪਣੇ ਬਹੁਤ ਹੀ ਪਿਆਰੇ ਸਤਿਕਾਰਯੋਗ ਮਿੱਤਰ ਸੱਜਣ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇੱਥੇ ਇਕੱਤਰ ਹੋਏ ਹਾਂ। ਸਰਦਾਰ ਮਨਿੰਦਰ ਸਿੰਘ ਰਾਏ ਦੀ ਅਚਾਨਕ ਇਹ ਖਬਰ ਸੁਣ ਕੇ ਜੋ ਸਾਨੂੰ ਪਤਾ ਲੱਗਾ, ਬੜਾ ਹੀ ਬੜਾ ਦੁੱਖ ਹੋਇਆ। ਇੱਕ ਸ਼ਹਿਰ ਦਾ ਬਹੁਤ ਬੜਾ ਇੰਡਸਟਰੀਅਲਿਸਟ, ਜਿਨ੍ਹਾਂ ਨੇ ਕਿ ਆਪਣੀ ਲੈਂਡ ਦੇ ਵਿੱਚ ਬਹੁਤ ਇਮਾਨਦਾਰੀ ਨਾਲ, ਬੜੀ ਮਿਹਨਤ ਨਾਲ ਸਾਰੀ ਜ਼ਿੰਦਗੀ ਕੰਮ ਕੀਤਾ। ਇਹ ਜਿਹੜੀ ਟਰੈਕਟਰ ਦੀ ਏਜੰਸੀ ਉਹਨਾਂ ਕੋਲ ਸੀ, ਕਈ ਵਾਰੀ ਟਰੈਕਟਰਾਂ ਦੀ ਪਹਿਲਾਂ ਹੁਣ ਤਾਂ ਚਲੋ ਘੱਟ ਵਾ, ਬੜੀ ਮੰਗ ਜ਼ਿਆਦਾ ਹੁੰਦਾ ਸੀ, ਸਪਲਾਈ ਘੱਟ ਹੁੰਦੀ ਸੀ। ਪਰ ਰਾਏ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਕੋਈ ਪੈਸਾ ਵੱਧ ਘੱਟ ਕਿਸੇ ਤੋਂ ਜਾਂ ਲਾਰਾ ਲੱਪਾ ਨਹੀਂ ਲਾਇਆ। ਜਿਸ ਤਰ੍ਹਾਂ ਨੰਬਰ ਆਇਆ, ਉਸੇ ਤਰ੍ਹਾਂ ਇਮਾਨਦਾਰੀ ਨਾਲ ਇਸ ਇੰਡਸਟਰੀ ਨੂੰ ਬਹੁਤ ਹੀ ਪ੍ਰਫੁੱਲਿਤ ਕੀਤਾ। ਉਹ ਸਾਰੇ ਕਿਸਾਨਾਂ 'ਚ, ਇਲਾਕੇ ਦੀਆਂ 'ਚ, ਸ਼ਹਿਰ ਦੇ ਵਿੱਚ ਹੋਰ ਮਿੱਤਰ ਸਿਰਾਂ 'ਚ ਉਹਨਾਂ ਦਾ ਬਹੁਤ ਸਤਿਕਾਰ ਸੀ। ਇਸੇ ਕਰਕੇ ਸੀ ਵੀ ਆਪਣੀ ਇਮਾਨਦਾਰੀ ਨਾਲ, ਆਪਣੀ ਮਿਹਨਤ ਨਾਲ ਜੋ ਉਹਨੇ ਆਪਣੀ ਜ਼ਿੰਦਗੀ 'ਚ ਕੰਮ ਕੀਤਾ, ਉਹ ਬੜਾ ਸਰਾਹਣੀਆ ਹੈ। ਔਰ ਅਸੀਂ ਸਾਰੇ ਹੀ ਉਹਨੂੰ ਹਮੇਸ਼ਾ ਹੀ ਆਪਣੇ ਮਨ ਦੇ ਵਿੱਚ ਯਾਦ ਕਰਕੇ ਸਤਿਕਾਰ ਕਰਦੇ ਰਹਾਂਗੇ। ਪਰ ਵਾਹਿਗੁਰੂ ਅੱਗੇ ਕੋਈ ਜ਼ੋਰ ਨਹੀਂ ਹੈ, ਜਿੰਨੇ ਸਵਾਸਾਂ ਦੀ ਪੂੰਜੀ ਸੀ ਉਹ ਪੂਰੀ ਕਰਦੇ ਹੋਏ ਇਸ ਸੰਸਾਰ 'ਚੋਂ ਚਲੇ ਗਏ। ਅਸੀਂ ਸਾਰੇ ਅਰਦਾਸ ਕਰਾਂਗੇ ਵਾਹਿਗੁਰੂ ਜੀ ਅੱਗੇ, ਇਹ ਵਾਹਿਗੁਰੂ ਜੀ ਸਾਨੂੰ ਸਭ ਨੂੰ ਉਹਨਾਂ ਵਰਗੀ ਸੋਚ ਦਿਓ ਔਰ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੋ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਰਵਸ਼ਕਤੀਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਬਿਰਾਜਮਾਨ, ਗੁਰੂ ਪਿਆਰੇ ਸਾਹਿਬ ਸਿੰਘ ਨੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਸ੍ਰੀ ਲਿਖਿਆ ਤਿਹਾ ਮਾਏ ਕੱਲੇ ਆਵੇ ਨਾਨਕਾ ਸਤਿਗੁਰ ਲੈ ਦੇ ਮਾਖਮ ਬਖ ਅਨੁਸਾਰ ਸਾਧ ਸੰਗਤ ਅੱਜ ਆਪਾਂ ਸਾਰੇ ਆਪਣੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਹਿੰਦਰ ਸਿੰਘ ਜੀ ਰਾਏ, ਜੋ ਪਿਛਲੇ ਦਿਨੇ ਸਾਨੂੰ ਅਚਾਨਕ ਵਿਛੋੜਾ ਦੇ ਰਹੇ ਹਨ, ਉਹਨਾਂ ਦੇ ਅੰਤਰ ਆਵਾਸ ਵਿੱਚ ਸ਼ਾਮਲ ਹੋਣ ਲਈ ਗੁਰੂ ਮਹਾਰਾਜ ਜੀ ਦੇ ਅੰਦਰ ਇਕੱਤਰ ਹੋਏ ਹੈ। ਸਾਧ ਸੰਗਤ ਉਹਨਾਂ ਦਾ ਪਿਛਲਾ ਜਿਹੜਾ ਨਗਰ ਹੈ ਉਹ ਖਾਨਖਾਨਾ ਬੰਗੇ ਦੇ ਨੇੜੇ, ਅਤੇ ਬਹੁਤ ਹੀ ਸਿਆਣੇ ਅਤੇ ਮਿਹਨਤੀ ਇਨਸਾਨ ਸਨ ਅਤੇ ਬੜੇ ਲੰਬੇ ਸਮੇਂ ਤੋਂ
ਇੱਥੇ ਰਹਿ ਕੇ ਕਿਸਾਨਾਂ ਦੇ ਭਲੇ ਵਾਸਤੇ ਕੰਮ ਕਰਦੇ ਸਨ ਔਰ ਸਮਾਜ ਦੇ ਅੰਦਰ ਹਰ ਕੋਈ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਸਨ ਔਰ ਸਭ ਤੋਂ ਵੱਡੀ ਗੱਲ ਸੀ ਕਿ ਹਮੇਸ਼ਾ ਹੱਸਦਾ ਹੋਇਆ ਚਿਹਰਾ ਉਹਨਾਂ ਦਾ ਮਿੱਠ ਬੋਲੇ ਸੁਭਾਅ ਦੇ ਔਰ ਸਾਰਿਆਂ ਨੂੰ ਪਿਆਰ ਦੇ ਨਾਲ ਆਪਣੇ ਜਿਹੜਾ ਅੱਛੇ ਵਿਚਾਰਾਂ ਦੇ ਨਾਲ ਪ੍ਰਭਾਵਿਤ ਕਰਦੇ ਸਨ। ਬਹੁਤ ਵਾਰ ਉਹਨਾਂ ਨੂੰ ਦਰਸ਼ਨ ਕਰਨ ਦਾ ਅਕਸਰ ਮੌਕਾ ਮਿਲਦਾ ਰਹਿੰਦਾ ਸੀ ਜਦੋਂ ਵੀ ਆਉਂਦੇ ਸੀ ਅਤੇ ਆਪਣੇ ਬੰਗਿਆਂ ਦੀ ਆਪਣੇ ਨਗਰ ਦੀ ਇਲਾਕੇ ਦੀ ਸੁੱਖ ਸਾਲ ਪੁੱਛਦੇ ਔਰ ਆਇਆਂ ਦਾ ਬੜਾ ਮਾਣ ਸਤਿਕਾਰ ਕਰਦੇ ਜ਼ਿੰਦਗੀ ਦੇ ਆਪਣੇ ਤਜ਼ਰਬਿਆਂ ਨੂੰ ਆਪਣੇ ਸੰਘਰਸ਼ ਦੇ ਦਿਨਾਂ ਨੂੰ ਉਹ ਸਾਨੂੰ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਸਨ ਔਰ ਚੰਗੀ ਸਿੱਖਿਆ ਦਿੰਦੇ ਸਨ ਅਤੇ ਮੈਂ ਸਮਝਦਾ ਕਿ ਉਹਨਾਂ ਨੂੰ ਜਾਣ ਦੇ ਨਾਲ ਸਮਾਜ ਨੂੰ ਪਰਿਵਾਰ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ। ਲੇਕਿਨ ਇਹ ਮੌਤ ਇੱਕ ਤਲ ਸਚਾਈ ਹੈ, ਜੋ ਵੀ ਪ੍ਰਾਣੀ ਸੰਸਾਰ 'ਚ ਆਇਆ ਉਸਨੇ ਗ੍ਰਿਥੋਂ ਜਾਣਾ ਹੈ। ਲੇਕਿਨ ਜਿਹੜੇ ਲੋਕ ਜ਼ਿੰਦਗੀ ਔਰ ਮੌਤ ਦਰਮਿਆਨ ਚੰਗਾ ਪਰਿਵਾਰ ਸਾਨੂੰ ਦੇ ਕੇ ਜਾਂਦੇ ਹਨ, ਸਮਾਜ ਦੇ ਭਲੇ ਲਈ ਕੰਮ ਕਰਕੇ ਜਾਂਦੇ ਹਨ ਔਰ ਆਪ ਪਰਮਾਤਮਾ ਦਾ ਨਾਂ ਜਪਦੇ ਆ, ਦੂਜਿਆਂ ਨੂੰ ਜਪਣ ਦੀ ਪ੍ਰੇਰਨਾ ਕਰਦੇ ਹੈ, ਆਪ ਸਮਾਜ ਦੀ ਸੇਵਾ ਕਰਦੇ, ਦੂਜਿਆਂ ਨੂੰ ਸੇਵਾ ਕਰਨ ਵਾਸਤੇ ਪ੍ਰੇਰਨਾ ਦਿੰਦੇ ਹੈ। ਜ਼ਮਾਨਾ ਹਮੇਸ਼ਾ ਉਹਨਾਂ ਨੂੰ ਯਾਦ ਕਰਦਾ ਕਿ ਰਾਜ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਸਮਾਜ ਨੂੰ ਉੱਪਰ ਚੁੱਕਣ ਵਿੱਚ, ਅੱਗੇ ਵਧਾਉਣ ਵਿੱਚ, ਡਿਵੈਲਪਮੈਂਟ ਕਰਨ ਵਿੱਚ। ਇਸ ਲਈ ਉਹਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਅਸੀਂ ਯਾਦ ਰੱਖਾਂਗੇ ਔਰ ਸਾਨੂੰ ਬਹੁਤ ਹੀ ਸਿਆਣੇ ਆਪਣੇ ਉਹਨਾਂ ਦੇ ਬੇਟੇ ਕਮਲਜੀਤ ਸਿੰਘ ਜੀ ਬਿੱਟੂ ਭਾਅ ਜੀ ਔਰ ਸਾਡੇ ਬੰਗਿਆਂ ਤੋਂ ਵੱਡੇ ਭਾਈ ਸਾਹਿਬ ਰਾਜ ਸਾਹਿਬ ਉਹ ਵੀ ਇੱਥੇ ਹਾਜ਼ਰ ਹਨ ਅਤੇ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਰਾਜ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਰੱਖਣ, ਪਿੱਛੇ ਪਰਿਵਾਰ ਨੂੰ ਭਾਵਾਂ ਨੂੰ ਸ਼ਕਤੀ ਦੇ ਔਰ ਪਰਿਵਾਰ ਨੂੰ ਚੜ੍ਹਦੇ ਕਲਾ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ। ਮੋਹਨ ਲਾਲ ਜੀ ਸਾਬਕਾ MLA ਬੰਗਾ, ਜਿਨ੍ਹਾਂ ਨੇ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਚੌਧਰੀ ਆਪਣੇ ਸਰਬਿੰਦਰ ਸਿੰਘ ਰਾਜ ਜੋ ਬਾਨੀ ਦੇ ਉਹਨਾਂ ਦੇ ਨਾਲ ਆਪਣੀ ਯਾਦ ਸਾਂਝੀ ਕੀਤੀ। ਹੁਣ ਮੈਨੂੰ ਬੇਨਤੀ ਕਰਨੀ ਹੈ ਸਾਡੇ MLA ਸ਼੍ਰੀ ਅੰਗਦ ਸਿੰਘ MLA ਮਾਸ਼ਾ, ਜਿਨ੍ਹਾਂ ਨੇ ਬੜਾ ਜ਼ਰੂਰੀ ਮੀਟਿੰਗ 'ਤੇ ਜਾਣਾ ਹੈ, ਤੋ ਉਹ ਸ਼ਰਧਾ ਤੋਂ ਪ੍ਰੋਪਿਤ ਕਰਨਗੇ। ਸ਼੍ਰੀ ਅੰਗਦ ਸਿੰਘ ਜੀ MLA ਨਮਸਕਾਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਮੈਂ ਸਮਝਦਾ ਬਹੁਤ ਹੀ ਜ਼ਿਆਦਾ ਦੁੱਖ ਦੀ ਘੜੀ 'ਚ ਟੱਕਰ ਰਹੇ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਹਿੰਦਰ ਸਿੰਘ ਰਾਏ ਜੀ, ਜਿਹੜੇ ਕਿ ਮੈਂ ਸਮਝਦਾ ਕਿ ਅਚਾਨਕ ਹੀ ਸਾਨੂੰ ਸੰਜੀਵ ਵਿਛੋੜਾ ਦੇ ਕੇ ਚਲੇ ਗਏ, ਕਿਉਂਕਿ ਕੋਈ ਇਹੋ ਜਿਹੀ ਗੱਲ ਨਹੀਂ ਸੀ। ਬਿਲਕੁਲ ਸਿਹਤ ਉਹਨਾਂ ਦੀ ਮੈਂ ਸਮਝਦਾ ਬੜੀ ਵਧੀਆ ਸਿਹਤ ਸੀ। ਕਈ ਵਾਰ ਉਹਨਾਂ ਤੋਂ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ, ਇੱਥੇ ਲੰਦੇ ਵੱਡੇ ਦਫ਼ਤਰ ਆ ਜਾਈਦਾ ਸੀਗਾ। ਪੁਰਾਣੀ ਗੱਲਾਂ ਬਜ਼ੁਰਗਾਂ ਦੇ ਸਮੇਂ ਦੀਆਂ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰੀਦੇ ਸੀ ਔਰ ਹਮੇਸ਼ਾ ਮੈਂ ਸਮਝਦਾ ਕਿ ਇਸ ਘਰ ਤੋਂ ਉਹਨਾਂ ਤੋਂ ਬਹੁਤ ਜ਼ਿਆਦਾ ਜਿਹੜਾ ਮੈਨੂੰ ਪਿਆਰ ਮਿਲਿਆ, ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ। ਪਰ ਕੁਛ ਸਮਾਂ ਪਹਿਲਾਂ ਜਿਹੜਾ ਜਿਵੇਂ ਪਰਮਾਤਮਾ ਨੂੰ ਕੁਛ ਹੋਰ ਨਹੀਂ ਜੂਰ ਸੀ, ਕੈਂਸਰ ਦਾ ਜਿਹੜਾ ਡਾਇਗਨੋਸ ਬਣਿਆ, ਜਿਵੇਂ ਬਜ਼ੁਰਗ ਕਹਿੰਦੇ ਆ ਕਿ ਇਲਾਜ ਵੀ ਵਧੀਆ ਹੁੰਦਾ, ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀ, ਉਹਨਾਂ ਦੀ ਨਹੀਂ ਵਧੀ ਸੀ ਔਰ ਇਹ ਜਿਹੜਾ ਘਟਾਨਾ ਬਣ ਗਿਆ। ਮੈਂ ਸਮਝਦਾ ਇੱਕ ਬਹੁਤ ਹੀ ਜ਼ਿਆਦਾ ਦੁੱਖ ਦੀ ਗੱਲ ਆ। ਮੇਰੇ ਤੋਂ ਪਹਿਲਾਂ ਕਾਫੀ ਵਿਸਤਾਰ ਨਾਲ ਚੌਰੀ ਸਾਹਿਬ ਨੇ, ਰਾਣਾ ਜੀ ਨੇ ਇਸ ਪਰਿਵਾਰ ਬਾਰੇ ਦੱਸਿਆ। ਮੈਂ ਸਮਝਦਾ ਕਿ ਜਿਹਨੇ ਤੁਸੀਂ ਲੋਕ ਇੱਥੇ ਬੈਠੇ ਹੋ, ਤੁਸੀਂ ਮੇਰੇ ਤੋਂ ਵੱਧ ਜਾਣਦੇ ਕਿ ਇਹ ਪਰਿਵਾਰ ਕਿਹੋ ਜਿਹਾ ਪਰਿਵਾਰ। ਬੜੀ ਮਿਹਨਤ ਕੀਤੀ ਇਸ ਪਰਿਵਾਰ ਨੇ ਆਪਣੇ ਪਿੰਡ 'ਚ ਉੱਠ ਕੇ, ਮੈਂ ਕਿਹਾ ਬੜੇ ਲੰਬੇ ਸਮੇਂ ਤੋਂ 40-50 ਸਾਲ ਹੋ ਗਏ ਹੁਣ ਤਾਂ ਨਵਾਂ ਸ਼ਹਿਰ 'ਚ ਬੈਠੇ ਆ,
ਔਰ ਮੈਂ ਸਮਝਦਾ ਕਿ ਸਮਾਜ ਦੀ, ਗਰੀਬਾਂ ਦੀ, ਕਿਸਾਨਾਂ ਦੀ ਇਸ ਪ੍ਰੋਗਰਾਮ ਨੇ ਹਮੇਸ਼ਾ ਬਾਂਹ ਫੜੀ ਹੈ। ਔਰ ਕਦੀ ਮੈਂ ਸਮਝਦਾ ਕਿ ਜਿੱਦਾਂ ਆਮ ਤੌਰ 'ਤੇ ਲੋਕ ਕਾਰੋਬਾਰ 'ਚ ਆ ਕੇ ਕਈ ਵਾਰ ਐਕਸਪਲੋਇਟ ਵੀ ਕਰਨ ਲੱਗ ਪੈਂਦੇ ਆ, ਕਿਉਂਕਿ ਜੇ ਤੁਹਾਡੀ ਮੋਨੋਪੋਲੀ ਹੋਵੇ ਬੰਦਾ ਸਭ ਕੁਝ ਕਰਦਾ, ਪਰ ਇਸ ਪ੍ਰੋਗਰਾਮ ਨੇ ਕਦੇ ਕੋਈ ਐਕਸਪਲੋਇਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਵੇਂ ਦੱਸਿਆ ਗਿਆ ਕਿ ਪੁਰਾਣੇ ਸਮੇਂ 'ਚ ਟਰੈਕਟਰ ਬਲੈਕ 'ਚ ਵੀ ਲੋਕ ਲੈ ਲੈਂਦੇ ਸੀ, ਵੱਧ ਘੱਟ ਪੈਸੇ ਦੇ ਕੇ ਲੈ ਲੈਂਦੇ ਸੀ, ਪਰ ਇਸ ਪ੍ਰੋਗਰਾਮ ਨੇ ਇਹ ਕੰਮ ਕਦੇ ਨਹੀਂ ਕੀਤਾ ਜੋ ਪੁਰਾਣੇ ਬਜ਼ੁਰਗ ਦੱਸਦੇ ਆ। ਸੋ ਮੈਂ ਸਮਝਦਾ ਕਿ ਇੱਥੋਂ ਇਸ ਪ੍ਰੋਗਰਾਮ ਦੀ ਸੋਚ ਬਾਰੇ ਪਤਾ ਚੱਲਦਾ। ਮੈਂ ਸਮਝਦਾ ਕਿ ਮਹਿੰਦਰ ਸਿੰਘ ਜੀ ਦੇ ਜਿਹੜੇ ਸਾਰੇ ਗੁਣ ਨੇ, ਅੰਕਲ ਜੀ ਦੇ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਬੇਟੇ, ਮੇਰੇ ਬਹੁਤ ਹੀ ਸਤਿਕਾਰਯੋਗ ਸਮਾਨ, ਮੇਰੇ ਬੜੇ ਵੀਰ ਨੇ ਬਿੱਟੂ ਭਾਜੀ, ਉਹ ਵੀ ਉਹਨਾਂ ਦੇ ਨਕਸ਼ਿਆਂ ਕਦਮਾਂ 'ਤੇ ਚੱਲਦੇ ਆ ਔਰ ਆਪਣੇ ਪਰਿਵਾਰ ਦਾ ਨਾਂ ਸਮਾਜ ਵਿੱਚ ਉੱਚਾ ਕਰ ਰਹੇ ਨੇ। ਸੋ ਮੈਂ ਜ਼ਿਆਦਾ ਲੰਬਾ ਨਾ ਚਾਹੁੰਦੇ, ਕਿਉਂਕਿ ਇੱਕ ਹੋਰ ਭੋਗ ਹੈ, ਉੱਥੇ ਵੀ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਕਿ ਕੈਂਸਰ ਥੋੜ੍ਹੀ ਹਾਜ਼ਰੀ ਲੱਗ ਜਾਵੇ। ਪਰਮਾਤਮਾ ਮੇਰੇ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਇਹ ਅਰਦਾਸ ਕਰਦਾ ਕਿ ਜਿਹੜੇ ਵਿਛੜੇ ਹੋਏ ਰੂਹ ਆ, ਉਹਨਾਂ ਨੂੰ ਚਰਨਾਂ 'ਚ ਆਪਣੇ ਨਿਵਾਸ ਬਖਸ਼ੇ, ਨਾਲ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਮਾਗਮ ਦੇ ਵਿੱਚ ਸ਼੍ਰੀ ਅਸ਼ਵਿਨ ਜੋਸ਼ੀ ਜੀ, ਜੀਵਨ ਕ੍ਰਾਂਤੀ ਦੇ ਡਾਇਰੈਕਟਰ ਵੀ ਹਾਜ਼ਰ ਹਨ, ਸ਼੍ਰੀ ਸਚਿਨ ਦੀਵਾਨ ਜੀ MC, ਸ਼੍ਰੀ ਮੁਕੇਸ਼ ਬਿੱਟੂ ਜੀ ਸਾਡੇ ਪ੍ਰਸਿੱਧ ਪੱਤਰਕਾਰ, ਸ਼੍ਰੀ ਹਰਨੀਤ ਸਿੰਘ ਰਾਜਾ ਦੇ ਰਾਜ ਸਾਹਿਬ ਦੇ ਭਤੀਜਾ ਸਾਹਿਬ ਬੰਗਲਾ ਤੋਂ, ਸ਼੍ਰੀ ਅਸ਼ੋਕ ਜੀ ਜੋ ਕਿ ਏਰੀਆ ਮੈਨੇਜਰ ਹਨ ਐਸਕੋਟ ਕੰਪਨੀ ਦੇ, ਉਹ ਵੀ ਇੱਥੇ ਪਹੁੰਚੇ ਨੇ, ਅਤੇ ਸ਼੍ਰੀ ਈਸ਼ਵਰ ਤਿਵਾੜੀ ਜੀ ਰਾਏ ਅਤੇ ਉਸਦੇ ਬੰਗਲਾ ਦੇ ਦਰਸ਼ਨ ਕਰਦੇ ਮੈਨੇਜਰ ਵੀ ਇੱਥੇ ਪਹੁੰਚੇ ਨੇ। ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀ ਸਤਵੀਰ ਸਿੰਘ ਜੀ ਪੱਲੀ ਚਿੱਕੀ, ਜੋ ਕਿ ਹਲਕਾ ਇੰਚਾਰਜ ਨੇ ਬੰਗਲਾ ਤੋਂ, ਉਹ ਸ਼ਬਦ ਸਮਰਪਿਤ ਕਰਾਂਗੇ ਸ਼੍ਰੀ ਸਤਵੀਰ ਸਿੰਘ ਪੱਲੀ ਚਿੱਕੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਵਿੱਚ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰ, ਬਹੁਤ ਹੀ ਪਵਿੱਤਰ ਆਤਮਾ, ਬਹੁਤ ਹੀ ਉੱਚੀ ਸ਼ਖਸੀਅਤ ਦੇ ਮਾਲਕ ਸਵਾਮੀ ਸਿੰਘ ਜੀ ਰਾਏ, ਜਿਹੜੇ ਕਿ ਵਾਹਿਗੁਰੂ ਤੋਂ ਜਿੰਨੀ ਸਵਾਸਾ ਦੀ ਪੂੰਜੀ ਨੂੰ ਲੁਟਾ ਕੇ ਲੈ ਕੇ ਆਏ ਸੀ, ਉਹਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਭੋਗ ਗਏ ਹੋਏ। ਉਹ ਜਦੋਂ ਪਹਿਲਾਂ ਸਾਡੇ ਵਿੱਚੋਂ ਹਮੇਸ਼ਾ ਲਈ ਚਲੇ ਗਏ, ਉਹਨਾਂ ਦੀ ਸ਼ਖਸੀਅਤ, ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ, ਉਹਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ। ਬੁਲਾਇਆ ਤੋਂ ਦੱਸਿਆ ਗਿਆ, ਮੈਂ ਬਚਪਨ ਤੋਂ ਹੀ ਉਹਨਾਂ ਨੂੰ ਦੇਖਦਾ ਆ ਰਿਹਾ, ਕਿਉਂਕਿ ਅਸੀਂ ਪਹਿਲਾਂ ਖੇਤੀਬਾੜੀ ਦਾ ਕੰਮ ਕਰਦੇ ਸੀ, ਫਿਰ ਉਹਨਾਂ ਕੋਲੋਂ ਦੋ ਵਾਰ ਲਏ, ਔਰ ਛੋਟੇ ਹੁੰਦੇ ਮੈਨੂੰ ਵੀ ਟਰੈਕਟਰ ਚਲਾਉਣ ਦਾ ਬੜਾ ਸ਼ੌਂਕ ਸੀ। ਮੈਂ ਜਦੋਂ 10ਵੀਂ ਪੜ੍ਹਦਾ ਸੀ ਤਾਂ ਤਕਰੀਬਨ ਇੱਕ ਛੋਟਾ ਜਿਹਾ ਕਰਾਉਂਦਾ, ਉਹਦੇ ਵਿੱਚ ਜਾ ਟਰੈਕਟਰ ਖੜ੍ਹੇ ਕਰਕੇ ਉਹਨਾਂ ਨੇ ਇੱਥੇ ਕੰਮ ਸ਼ੁਰੂ ਕੀਤਾ। ਉਹਨਾਂ ਦੀ ਜਿਹੜੀ ਰਹਿ ਬਹਿ ਸੀ, ਗੱਲ ਕਰਨ ਦਾ ਤਰੀਕਾ ਸੀ, ਉਹ ਬੜਾ ਸਾਫ ਸੀ। ਬਹੁਤ ਹੀ ਕੁਸ਼ਲ ਪ੍ਰਸ਼ਾਸਕ, ਬਹੁਤ ਹੀ ਸੂਝਵਾਨ ਵਿਅਕਤੀ, ਆਪਣੇ ਕੰਮ 'ਤੇ ਬਹੁਤ ਜ਼ਿਆਦਾ ਪ੍ਰਮਾਣ। ਜਿਹੜੀ ਵੀ ਚੀਜ਼ ਏਜੰਸੀ ਨੇ ਹੋਈ, ਕਿਸੇ ਕਮਰੇ 'ਚ ਹੋਈ, ਕਿੱਥੇ ਵੀ ਹੋਈ, ਉਹਨਾਂ ਨੂੰ ਸਭ ਧਿਆਨ ਹੁੰਦਾ ਸੀ। ਜਿਹੜੀ ਗੱਲ ਕਹਿਤੀ ਉੱਥੇ ਬੜੇ ਸਟ੍ਰਿਕਟ ਸੀਗੇ, ਕੋਈ ਬਾਹਰ ਨਹੀਂ ਗਈ, ਜਿੰਨਾ ਉਹਨਾਂ ਨੇ ਨਮਾਜ਼ ਦਾ ਨਰਮ ਰੱਖਣਾ, ਉਸ ਤੋਂ ਇਲਾਵਾ ਕੋਈ ਹੋਰ ਤੋਂ ਉਹਨਾਂ ਨੂੰ ਕੋਈ ਗੱਲ ਲਗਾਉਣ ਨਹੀਂ ਸੀ, ਗਲਤ ਨਹੀਂ ਸੀ। ਇੰਨੀ ਜ਼ਿਆਦਾ ਸਟ੍ਰਿਕਟ ਪਰਸਨੈਲਿਟੀ ਜਿਹੜੇ ਸਪਸ਼ਟ ਰੂਪ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ।
ਗੁਰੂ ਪਰਮਾਤਮਾ ਨਾਲ ਜੁੜੇ ਰਹੇ, ਸਿੱਖੀ ਸਰੂਪ ਤਾਰ ਕਰੇ, ਇਸ ਕਾਰੋਬਾਰ ਜਿਹੜਾ ਆਪਾਂ ਦੇਖ ਰਹੇ ਹਾਂ, ਜਿੰਨਾ ਮੈਂ ਸੋਚਦਾ ਜਿੰਨਾ ਮੈਂ ਮਹਿਸੂਸ ਕਰਦਾ, ਥੋੜ੍ਹੀ ਜਗ੍ਹਾ ਮੈਨੂੰ ਯਾਦ ਚਾਰ ਟਰੈਕਟਰ ਹਾਲੀ ਸੋਲਨ ਕਰੇ, ਉੱਥੋਂ ਜਦੋਂ ਉਹਨੇ ਕੰਮ ਸ਼ੁਰੂ ਕੀਤਾ ਫੋਲਦਾ ਕੋਈ ਪਿੰਡ ਇਹੋ ਜਿਹੇ ਨੇ ਮੈਂ ਜਿੱਥੇ ਦਸ ਦਸ ਵੀਹ ਟਰੈਕਟਰ ਵੇਚੇ ਨੇ, ਉਹਨਾਂ ਨੇ ਉਸ ਤਰ੍ਹਾਂ ਦੀ ਸਪੋਰਟ ਕੰਪਨੀ ਨੇ ਬੜੀ ਤਰੱਕੀ ਕੀਤੀ, ਔਰ ਇਸ ਇਲਾਕੇ ਦੇ ਵਿੱਚ ਜਿਹੜੇ ਸਪੋਰਟ ਹੋਰ ਜ਼ਿਆਦਾ ਵਧੀਆ ਉਹਦਾ ਕਾਰਨ ਸਰਕਾਰੀ ਸਾਹਿਬ ਸੀਗੇ, ਇਹਨਾਂ ਦੇ ਬ੍ਰਦਰ ਸੀਗੇ ਬੰਦਿਆਂ ਵਿੱਚ ਬਹੁਤ ਇੰਨੀ ਇਮਾਨਦਾਰੀ ਸੀ, ਇੰਨਾ ਕੰਮ ਕਰਨ ਦਾ ਵਧੀਆ ਤਰੀਕਾ ਸੀ, ਪੈਟਰੋਲ ਪੰਪ 'ਤੇ ਜਾ ਕੇ ਕਿਸੇ ਨੇ ਇਹ ਨਹੀਂ ਦੇਖਣਾ ਕਿ ਅਸੀਂ ਪੈਸੇ ਜਿਹੜੇ ਆ ਕਿੰਨਾ ਤੇਲ ਪਵਾਉਣਾ, ਜਿੰਨਾ ਕਹਿਤਾ ਆਪਾਂ ਮੀਟ ਗਏ, ਉਹਨਾਂ ਨੂੰ ਪਤਾ ਸੀ ਕਿ ਇੱਥੇ ਇਮਾਨਦਾਰੀ ਹੈ, ਉਹਨਾਂ ਪੈਣਾ ਇਸੇ ਤਰੀਕੇ ਨਾਲ ਰਹਿਣਾ ਦਾ ਕੰਮ ਸੀ, ਇੰਨੀ ਸਾਫ਼ ਸੁਥਰੀ ਸੁੱਚੇ ਦਿਮਾਗ ਕਹਿਣ ਦਾ ਮਤਲਬ ਹੈ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ, ਜਿੰਨਾ ਵੀ ਕਾਰੋਬਾਰ ਕੀਤਾ, ਜਿੰਨੀ ਵੀ ਬਾਹਰ ਦੇ ਖੜੀ ਕੀਤੀ ਹੈ, ਸਵੈਲ ਮੇਡ ਕਿਸਾਨ ਸਨ, ਆਪਣੇ ਅਸੂਲਾਂ ਦੇ ਨਾਲ ਆਪਣੇ ਕੰਮ ਕਰਨ ਦੇ ਤਰੀਕਿਆਂ ਦੇ ਨਾਲ ਉਹਨੇ ਬਹੁਤ ਜ਼ਿਆਦਾ ਤਰੱਕੀ ਕੀਤੀ। ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਸੇਧ ਲੈਣੀ ਚਾਹੀਦੀ ਹੈ ਕਿ ਇਮਾਨਦਾਰੀ ਦੇ ਨਾਲ ਤਰੱਕੀ ਹੋ ਸਕਦੀ ਹੈ, ਉਹਦੀ ਮਿਸਾਲ ਰਾਜਸਥਾਨ ਸਾਡੇ ਸਾਹਮਣੇ ਹੈ। ਸਾਡਾ ਛੋਟਾ ਮੇਰੇ ਪਿੱਟੂ ਬੜੇ ਅੱਛੇ ਜਵਾਬਦਾਰ ਦਾ ਇਸ ਪਰਿਵਾਰ ਨਾਲ, ਮੇਰੇ ਬਜ਼ੁਰਗਾਂ ਦੇ ਨਾਲ ਰਾਜਸਥਾਨ ਦੀ ਬੜੀ ਸ਼ਾਨ ਸੀ, ਜਦੋਂ ਮੈਂ ਡਿਸਟ੍ਰਿਕਟ ਦਾ ਪ੍ਰਧਾਨ ਬਣਿਆ, ਜਦੋਂ ਮੈਂ ਕਾਲਜ ਲੈਣਾ ਸੀਗਾ, ਰਾਜ ਸਾਹਿਬ ਆਪ ਚੱਲ ਕੇ ਮੈਨੂੰ ਆਸ਼ੀਰਵਾਦ ਲਿਆ, ਮੈਨੂੰ ਉਹ ਗੱਲ ਭੁੱਲ ਨਹੀਂ ਸਕਦੀ ਕਿਉਂਕਿ ਸਿਆਸੀ ਜ਼ਿੰਦਗੀ ਤੋਂ ਉਹ ਥੋੜ੍ਹਾ ਦੂਰ ਰਹਿੰਦੇ ਸੀ, ਪਰ ਮੇਰੇ ਦੇ ਉੱਤੇ ਬੜਾ ਉਹਨਾਂ ਨੇ ਆਸ਼ੀਰਵਾਦ ਰੱਖਿਆ, ਮੈਨੂੰ ਬੁਲਾ ਕੇ ਸਲਾਮ ਦਿੰਦੇ ਸੀ, ਸੇਹ ਦਿੰਦੇ ਸੀ, ਉਹ ਸਾਨੂੰ ਉਹਨਾਂ ਬਾਰੇ ਵੀ ਜਿਹੜੀ ਜ਼ਿੰਦਗੀ ਹੈ ਉਹਨਾਂ ਬਾਰੇ ਜਿਹੜਾ ਤਜਰਬਾ ਹੈ ਉਹ ਜੀਣਾ ਸਹੀਆ ਕਰਨਾ ਚਾਹੀਦਾ, ਸਿੱਖਿਆ ਲੈਣੀ ਚਾਹੀਦੀ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਨਾਲ ਧੰਨਵਾਦ ਹੈ ਸਾਨੂੰ ਸਾਰਿਆਂ ਨੂੰ ਭਾਰਾ ਮੇਰਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇੱਥੇ ਸੰਗਤ ਵਿੱਚ ਡਾਕਟਰ ਕੇ ਐਸ ਪੁਰੇਵਾਲ ਜੀ ਸੁਸ਼ੋਭ ਬੈਠੇ ਹਨ, ਮੈਡਮ ਲਾਲੀ ਸਿੰਘ ਜੀ ਪ੍ਰਸਿੱਧ ਸਮਾਜ ਸੇਵਕਾ, ਸ੍ਰੀ ਜੋਗਾ ਸਿੰਘ ਸਾਹਿਬ ਦਾ ਮੀਤ ਪ੍ਰਧਾਨ ਨੇਤਾਧਾਰ ਸੰਸਥਾ, ਸਰਸੋਹਣ ਸਿੰਘ ਜੀ ਠੇਕੇਦਾਰ, ਸ੍ਰੀ ਦਵਿੰਦਰ ਸਿੰਘ ਜੀ ਅਤੇ ਦੁਆਬਾ ਇੰਡਸਟਰੀ ਦੇ ਸ੍ਰੀ ਜਸਪਾਲ ਸਿੰਘ ਜੀ, ਇਸ ਤਰ੍ਹਾਂ ਦੀ ਸਿੱਖੀ ਤਾਂ ਸੰਗਤ ਦੇ ਵਿਚਕਾਰ ਹਨ, ਔਰ ਇਹ ਸ਼੍ਰੀ ਚੇਤ ਰਾਮ ਜੀ ਰਤਨ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ, ਔਰ ਇਸ ਤਰ੍ਹਾਂ ਬਹੁਤ ਸਾਰੀ ਸਿੱਖਿਅਤਾਂ ਜਿਹੜੇ ਰਾਜ ਸਾਹਿਬ ਦੇ ਸਰਕਾਰ ਦੇ ਵਿੱਚ ਇੱਥੇ ਮੁਲਾਜ਼ਮਾਂ ਹਨ, ਸਾਰਿਆਂ ਨੂੰ ਸਮਾਂ ਦੇਣਾ ਬੜਾ ਮੁਸ਼ਕਲ ਹੈ, ਔਰ ਸਮੇਂ ਨੂੰ ਦੇਖਦੇ ਹੋਇਆ ਪਰਿਵਾਰ ਦੇ ਵੱਲੋਂ ਜਿਹੜਾ ਧੰਨਵਾਦ ਕਰਨਾ ਹੈ ਸੰਗਤ ਦਾ, ਉਹ ਸਾਡੇ ਮਿਊਨਸੀਪਲ ਕਮੇਟੀ ਨਵਾਂ ਸ਼ਹਿਰ ਦੇ ਪ੍ਰਧਾਨ ਸ਼੍ਰੀ ਲਲਿਤ ਮੋਹਨ ਪਾਠ ਸਰਨ ਜੀ ਕਰਨਗੇ, ਆਪ ਸਭ ਸੰਗਤਾਂ ਦੇ ਪਰਿਵਾਰ ਨੂੰ ਦਰਸ਼ਨ ਕਰਨਗੇ। ਬੈਠੇ ਮੇਰੇ ਸਾਰੇ ਹੀ ਭੈਣ ਤੇ ਭਰਾਓ, ਅੱਜ ਅਸੀਂ ਸਰਦਾਰ ਮਹਿੰਦਰ ਸਿੰਘ ਰਾਏ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਇੱਥੇ ਸਾਰੇ ਇਕੱਠੇ ਹੋਏ ਹਾਂ, ਜਿਵੇਂ ਸਾਰੇ ਹੀ ਬੁਲਾ ਰਹੇ ਨੇ ਰਾਏ ਸਾਹਿਬ ਦੇ ਜ਼ਿੰਦਗੀ ਦੇ ਸਾਰੇ ਸਫ਼ਰ ਬਾਰੇ ਤੁਹਾਨੂੰ ਸਾਰਿਆਂ ਨੂੰ ਦੱਸਿਆ, ਇਹ ਸੱਚਾਈ ਆ। ਰਾਏ ਸਾਹਿਬ ਹਮੇਸ਼ਾ ਵੀ ਜਦੋਂ ਮਿਲਦੇ ਸੀ
ਬੜੇ ਹੀ ਪਿਆਰ ਨਾਲ ਹਮੇਸ਼ਾ ਖੁਸ਼ ਰਹਿੰਦੇ ਸੀ। ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਛ ਮਿਲਦਾ ਸੀ ਔਰ ਅੱਜ ਅਸੀਂ ਸਾਰੇ ਹਮੇਸ਼ਾ ਹੀ ਉਹਨਾਂ ਨੂੰ ਯਾਦ ਕਰਾਂਗੇ। ਔਰ ਮੇਰਾ ਵੱਡਾ ਵੀਰ ਬਿੱਟੂ ਰਾਏ ਜੀ, ਉਹਨਾਂ ਦੇ ਕੀਤੇ ਪੂਰਿਆਂ ਨੂੰ ਅਤੇ ਚੱਲਦੇ ਹੋਏ ਉਹਨਾਂ ਦੀ ਸੋਚ ਨੂੰ ਅਗਾਂਹ ਵਧਾਊਗਾ ਔਰ ਜਿੱਦਾਂ ਰਾਏ ਸਾਹਿਬ ਦਾ ਨਾਂ ਹੈ ਇਹ ਨਾਂ ਨੂੰ ਬਰਕਰਾਰ ਰੱਖੂਗਾ। ਮੇਰੀ ਡਿਊਟੀ ਲੱਗੀ ਪਰਿਵਾਰ ਵੱਲੋਂ ਧੰਨਵਾਦ ਕਰਨ ਦੀ, ਮੈਂ ਤੁਹਾਡਾ ਸਾਰਿਆਂ ਦਾ ਆਪਣੇ ਵੱਲੋਂ ਰਾਏ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਜਿੰਨੇ ਕਦਮ ਤੁਸੀਂ ਚੱਲ ਕੇ ਇਸ ਦੁੱਖ ਦੀ ਘੜੀ ਵਿੱਚ ਇੱਥੇ ਸ਼ਾਮਿਲ ਹੋਏ ਹੋ ਸਾਡੇ ਸਿਰ ਮੱਥੇ, ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਸਾਰਿਆਂ ਵੱਲੋਂ ਤੁਹਾਡਾ ਧੰਨਵਾਦ। ਔਰ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਕਿ ਰਾਏ ਸਾਹਿਬ ਨੂੰ ਸਵਰਗਾਂ 'ਚ ਬਾਤ ਦੇਈ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹਨ ਅਤੇ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਨੂੰ ਲੈ ਕੇ ਜਾ ਰਹੇ ਸਵੱਛਤਾ ਲਹਿਰ ਦੇ ਲਈ ਅਸੀਂ ਉਹਦੇ ਵਿੱਚ ਵੀ ਸਫਲਤਾ ਇਹਨਾਂ ਦੇ ਨਾਲ ਹੋ ਕੇ ਕਰਨੀ ਹੈ। ਅਤੇ ਇੱਥੇ ਸੰਗਤ ਦੇ ਵਿੱਚ ਪੁਰਾਣੇ ਸ਼ਹਿਰ ਦੇ ਸਾਡਾ ਗੱਲੀ ਸਾਹਿਬ ਅਤੇ ਹੋਰ ਸੱਜਣ ਜਿਹਨਾਂ ਦਾ ਮੈਂ ਨਾਮ ਨਹੀਂ ਲੈ ਸਕਿਆ ਉਹਨਾਂ ਤੋਂ ਖਿਮਾ ਦੀ ਯਾਚਨਾ ਕਰਦਾ ਹਾਂ। ਔਰ ਪਰਿਵਾਰ ਨੂੰ ਬੇਨਤੀ ਹੈ ਕਿ ਇਸ ਦੀਵਾਨ ਦੀ ਸਮਾਪਤੀ ਤੋਂ ਬਾਅਦ ਲੰਗਰ ਜਿਹੜਾ ਗੁਰੂ ਦਾ ਲੰਗਰ ਹੈ ਉਹ ਛੱਕ ਕੇ ਜਾਣ, ਸਾਰੇ ਕੋਈ ਵੀ ਪੁਰਾਣਾ ਨਹੀਂ ਲੰਗਰ ਛੱਕ ਕੇ ਨਾ ਆ ਜਾਵੇ। ਹਾਂਜੀ, ਇਸ ਮੌਕੇ 'ਤੇ ਪਗੜੀ ਦੀ ਰਸਮ ਹੋਣੀ ਬਾਕੀ ਹੈ ਅਤੇ ਉਹ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਦੇ ਪੁੱਤਰ ਉਹਨਾਂ ਦੇ ਹੋਮਵਰਕ ਪੁੱਤਰ ਕਮਲਜੀਤ ਸਿੰਘ ਰਾਏ ਜੀ, ਰਿਪੂ ਭਾਅ ਜੀ ਸੰਗਤ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਜ਼ਿੰਮੇਵਾਰੀ ਧਰਮਗਤ ਸਿੱਖਿਆ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੋਲੇ ਸੋਨਾ ਤੋਂ ਰਾਜੀ ਸਮਾਜ ਪ੍ਰਤੀ ਉਹ ਨਿਭਾਉਣਗੇ ਔਰ ਗੁਰੂ ਮਹਾਰਾਜ ਨੂੰ ਤਾਕਤ ਦੇਵੇ ਕਿ ਇਹ ਰਾਜ ਸਾਹਿਬ ਦੇ ਉਸ ਝੰਡੇ ਨੂੰ ਹੋਰ ਬੁਲੰਦ ਕਰਨ ਅਤੇ ਸਮਾਜ ਦੀ ਸੇਵਾ ਲਈ ਇਸੇ ਤਰ੍ਹਾਂ ਅੱਗੇ ਆਉਣ ਅਤੇ ਮਹਾਰਾਜਾ ਦੇ ਪਰਿਵਾਰ 'ਤੇ ਮਿਹਰ ਭਰਿਆ ਰੱਖੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭਗਵਾਨ ਤੋਂ ਅੱਗੇ ਆਪਾਂ ਸਾਰੇ ਰਾਜ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਇਸ ਸਮਾਗਮ ਦੀ ਸਮਾਪਤੀ ਕਰ ਰਹੇ ਹਾਂ। ਵਾਹਿਗੁਰੂ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। Oh, my God.